ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ हेलो स्टूडेंट्स एस् क्वेश्चन सानो किया गया है व्हिच ऑफ द फॉलोइंग इज मोस्ट प्रसाइज डिवाइस फॉर मेजरिंग द लेंथ के सबसे ज्यादा एक्यूरेसी ਨਾਲ ਮੈਜ਼ਰ ਕਰਨ ਵਾਲੀ ਜਿਹੜੀ ਡਿਵਾਈਸ ਹੈ ਉਹ ਕਿਹੜੀ ਹੁੰਦੀ ਹੈ ਇਹਨਾਂ ਤਿੰਨਾਂ ਵਿੱਚੋਂ ਪਹਿਲੀ ਦਿੱਤੀ ਗਈ ਹੈ ਵਰਨੀਅਰ ਕਲੀਪਰ ਵਿਦ 20 ਡਿਵੀਜ਼ਨ ਔਨ ਸਲਾਈਡਿੰਗ ਸਕੇਲ ਇੱਕ ਵਰਨੀਅਰ ਸਕੇਲ ਦਿੱਤਾ ਵਰਨੀਅਰ ਕਲੀਪਰ ਦਿੱਤਾ ਗਿਆ ਜਿਹਦੇ ਸਲਾਈਡਿੰਗ ਸਕੇਲ ਤੇ ਕਿੰਨੇ ਡਿਵੀਜ਼ਨ ਦਿੱਤੇ ਗਏ ਨੇ 20 ਦੂਜੀ ਸਕੇਲ ਕਿਹੜੀ ਦੂਜਾ ਮੈਜ਼ਰ ਜਿਹੜਾ मीजरिंग डिवाइस है गई है ए गेज ऑफ पिच वन एम एम एंड हंड्रेड विजन ऑन सर्कुलर स्केल कि दूजा गेज दिता गया है जिंद पिच गई है वन एम तो हंड्रेड डिविजन दिखाई गई हैं वो सर्कुलर स्केल से तीजा की है एक ऑप्टिकल इंस्ट्रूमेंट दैट मीजरिंग लेंथ विद इन देव लेंथ ऑफ लाइट इन तीनों दसना है कि सब तो प्रिसाइज के अपना यू सोल्व करते हैं ਅਸੀਂ ਜਾਣਦੇ ਹਾਂ ਕਿ ਕੋਈ ਵੀ ਇਨਸਟਰੂਮੈਂਟ ਜਿਹੜਾ ਹੈ ਉਹ ਜਿਆਦਾ ਪ੍ਰੀਸਾਈਜ਼ ਹੋਵੇ ਜਿਆਦਾ ਐਕੂਰੇਸੀ ਨਾਲ ਕਿਸੇ ਮੈਜ਼ਰਮੈਂਟ ਨੂੰ ਕਰ ਪਾਵੇਗਾ ਜਿਸ ਜਿਸ ਵੀ ਜਿਹਦਾ ਕੀ ਹੋਏਗਾ ਸਭ ਤੋਂ ਘੱਟ ਕੀ ਹੋਏਗਾ ਲਿਸਟ ਕਾਊਂਟ ਹੋਏਗਾ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰ ਲੈਂਦੇ ਆ ਤਿੰਨੋਂ ਡਿਵਾਈਸਸ ਦਾ ਕੀ ਹੈ ਜਿਹੜਾ ਲਿਸਟ ਕਾਊਂਟ ਹੈ ਉਹ ਫਾਈਂਡ ਕਰਕੇ ਦੇਖ ਲੈਂਦੇ ਆ ਜਿਹੜਾ ਸਾਡੇ ਕੋਲ ਇਹ ਵਰਨੀਅਰ ਕਲੀਪਰ ਦਿੱਤਾ ਗਿਆ ਹੈ ਇਹਦੇ ਤੇ ਸਾਨੂੰ 20 ਡਿਵੀਜ਼ਨ ਦਿੱਤੀ ਗਈ ਹੈ ਨੇ ਸਲਾਈਡਿੰਗ ਸਕੇਲ ਤੇ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਲੀਸਟ ਕਾਊਂਟ ਕੱਢਦੇ ਆ ਜਿਹੜਾ ਲੀਸਟ ਕਾਊਂਟ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਕੀ ਹੁੰਦਾ 1 ਸਟੈਂਡਰਡ ਡਿਵੀਜ਼ਨ ਮਾਈਨਸ 1 ਵਰਨੀਅਰ ਸਕੇਲ ਡਿਵੀਜ਼ਨ ਤੇ ਸਾਨੂੰ ਜਿਹੜੀ ਵਰਨੀਅਰ ਸਕੇਲ ਦੀ ਡਿਵੀਜ਼ਨ ਦਿੱਤੀ ਗਈ ਹੈ ਨੇ ਉਹ ਕਿੰਨੀ ਦਿੱਤੀ ਗਈ ਹੈ 20 ਤੇ ਇੱਥੇ ਸਾਡੇ ਕੋਲ ਜਿਹੜੀ ਵੈਲਿਊ ਆਏ ਮਤਲਬ ਜਿਹੜੀ ਸਲਾਈਡਿੰਗ ਸਕੇਲ ਦੀ 20 ਡਿਵੀਜ਼ਨ ਨੇ ਉਹ ਮੇਨ ਸਕੇਲ ਦੀ 19 ਡਿਵੀਜ਼ਨ ਨਾਲ ਕੀ ਕਰਨੀਆਂ ਨੇ ਮੈਚ ਕਰ ਰਹੇ ਨੇ ਤੇ ਸਾਡੇ ਕੋਲ ਕੀ ਆਏਗਾ 1 ਐਸਡੀ ਮਾਈਨਸ 19/20 ਐਸਡੀ ਤੇ ਜਦੋਂ ਆਪਾਂ ਇਹਨੂੰ ਸੋਲਵ ਕਰਦੇ ਆਂ ਤੇ ਸਾਡੇ ਕੋਲ ਕੀ ਆ ਜਾਏਗਾ 1/20 ਸਟੈਂਡਰਡ ਡਿਵੀਜ਼ਨ ਤੇ ਜਿਹੜੀ ਇੱਕ ਸਟੈਂਡਰਡ ਡਿਵੀਜ਼ਨ ਦਿੱਤੀ ਗਈ ਹੈ ਉਹ ਕਿੰਨੀ ਹੁੰਦੀ ਹੈ 1 ਐਮਐਮ ਦੀ ਹੈ ਤੇ ਮਤਲਬ ਸਾਡੇ ਕੋਲ ਕੀ ਆ ਜਾਏਗਾ 1/20 ਐਮਐਮ ਤੇ ਉਹ ਤੋਂ ਵੈਲਿਊ ਕਿੰਨੀ ਆਏਗੀ ਸਾਡੀ 1/ mm 200 ਆ ਜਾਏਗੀ ਜਦੋਂ ਆਪਾਂ ਇਹਨੂੰ ਸੈਂਟੀਮੀਟਰ ਚ ਕਨਵਰਟ ਕਰਦੇ ਆਂ ਤੇ ਡੈਸੀਮਲ ਚ ਕਿੰਨਾ ਹੋਵੇਗਾ 0.005 ਸੈਂਟੀਮੀਟਰ ਇਹ ਕੀ ਆ ਗਿਆ ਦਾ ਲਿਸਟ ਕਾਊਂਟ ਹੁਣ ਆਪਾਂ ਨੂੰ ਤਿੰਨ ਡਿਵਾਈਸਿਸ ਦੇ ਇਨਸਟਰੂਮੈਂਟ ਦਿੱਤੇ ਗਏ ਨੇ ਆਪਾਂ ਤਿੰਨਾਂ ਦਾ ਕੀ ਕਰਦੇ ਆਂ ਲਿਸਟ ਕਾਊਂਟ ਕਰਟਾਂਗੇ ਤੇ ਉਸ ਤੋਂ ਬਾਅਦ ਕੰਪੇਅਰ ਕਰਾਂਗੇ ਤੇ ਦੂਜਾ ਜਿਹੜਾ ਹੈ ਉਹ ਸਕਰੂ ਗੇਜ ਹੈ ਜਦੀ ਪੀਚ ਕਿਨੇ ਦਿੱਤੀ ਗਈ ਹੈ 1 mm ਦਿੱਤੀ ਗਈ ਹੈ ਤੇ ਲਿਸਟ ਕਾਊਂਟ ਕੀ ਹੁੰਦਾ ਹੈ ਸਕਰੂ ਗੇਜ ਦਾ ਪੀਚ बटा नंबर ऑफ डिवीज़न ऑन किल आ जाएगा एक बटा हंडर्ड ओ सर्कुलर स्केल से होंगे हंडर्ड डिविजन एम एम तो जो आप सेंटीमीटर से कन्वर्ट करा तो आ जाएगा एक बटा एक हजार ਸੈਂਟੀਮੀਟਰ ਤੇ ਵੈਲਿਊ ਕਿੰਨੀ ਆ ਜਾਏਗੀ ਸਾਡੇ ਕੋਲ 0.001 ਸੈਂਟੀਮੀਟਰ ਮਤਲਬ ਇਹ ਕੀ ਹੈ ਲਿਸਟ ਜਿਹੜਾ ਵਰਨੀਅਰ ਕਲੀਪਰ ਸੀਗਾ ਉਸ ਤੋਂ ਵੱਧ ਪ੍ਰੀਸਾਈਜ਼ ਹੈ ਪਰ ਜਦੋਂ ਆਪਾਂ ਤੀਜੇ ਦੀ ਦੇਖਦੇ ਆਂ ਗੱਲ ਕਰਦੇ ਆਂ ਜਿਹੜਾ ਤੀਜਾ ਹੈ ਉਹ ਸਾਡੇ ਕੋਲ ਕੀ ਹੈ ਕੋਈ ਆਪਟੀਕਲ ਇਨਸਟਰੂਮੈਂਟ ਹੈ ਜਿਸ ਦੇ ਵਿੱਚ ਆਪਾਂ ਕੀ ਕਰਦੇ ਆਂ ਲਾਈਟ ਸੋਰਸ ਦਾ ਯੂਜ਼ ਕਰਦੇ ਆਂ ਲਾਈਟ ਸੋਰਸ ਦੀ ਜਿਹੜੀ ਵੇਵ ਲੈਂਥ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ 10 ਟੂ ਪਾਵਰ -5 ਸੈਂਟੀਮੀਟਰ ਮਤਲਬ ਕਿ ਉਹ ਕਿੰਨਾ ਹੈ 0.000 01 ਸੈਂਟੀਮੀਟਰ ਇਹ ਤਿੰਨਾਂ ਵਿੱਚੋਂ ਜੇ ਆਪਾਂ ਕੰਪੇਅਰ ਕਰੀਏ ਜਿਹੜਾ ਲਾਈਟ ਵਾਲਾ ਸੋਰਸ ਹੈ ਸਾਡੇ ਕੋਲ ਆਪਟੀਕਲ ਇਨਸਟਰੂਮੈਂਟ ਹੈ ਕੋਈ ਵੀ ਉਹ ਕੀ ਹੋਏਗਾ ਜ਼ਿਆਦਾ ਪ੍ਰੀਸਾਈਜ਼ ਹੋਵੇਗਾ ਉਹ ਜ਼ਿਆਦਾ ਐਕਿਊਰੇਸੀ ਨਾਲ ਕੀ ਕਰ ਪਾਵੇਗਾ ਕਿਸੇ ਲੈਂਥ ਨੂੰ ਮੈਜ਼ਰ ਕਰ ਪਾਵੇਗਾ ਇਹ ਸੀਗਾ ਇਸ ਕੁਐਸਚਨ ਦਾ ਆਨਸਰ ਥੈਂਕਸ